ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਰਪ੍ਰੀਤ ਸਿੰਘ, ਮੈਂ ਜੋਤ ਕੌਰ, ਮੈਂ ਪ੍ਰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੈਪੁਰ ਦੇ ਨਵੀਂ ਪਲੇਲਿਸਟ ਦਾ ਇੱਕ ਨਵਾਂ ਡੈਸਟੀਨੇਸ਼ਨ ਨੂੰ ਵਿਜ਼ਿਟ ਕਰਨ ਜਾ ਰਹੇ ਹਾਂ, ਜਿਹਦਾ ਨਾਮ ਹੈ ਸਿਟੀ ਪੈਲਸ। ਇਹਦੇ ਵਿੱਚ ਜਿਹੜੇ ਪੁਰਾਣੇ ਸਮੇਂ ਦੇ ਰਾਜਾ ਮਹਾਰਾਜਾ ਸੀਗੇ ਉਹ ਰਹਿੰਦੇ ਸਨ ਤੇ ਅੱਜ ਵੀ ਰਹਿ ਰਹੇ ਹਨ। ਇਹਦੀ ਹਿਸਟਰੀ ਕੀ ਹੈ, ਇਹਦੇ ਵਿੱਚ ਕੀ ਦੇਖਣ ਨੂੰ ਹੈ, ਇਹਦੇ ਟਿਕਟ ਪ੍ਰਾਈਸਿਸ ਕੀ ਹੈ, ਸਾਰੇ ਬਾਰੇ ਤੁਹਾਨੂੰ ਦੱਸਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਹੁਣ ਆਓ ਚੱਲਦੇ ਹਾਂ ਆਪਾਂ ਸਿਟੀ ਪੈਲਸ ਦੇ ਅੰਦਰ ਨੂੰ ਜੀ। ਆਓ ਜੀ, ਹੁਣ ਆਪਾਂ ਚੱਲਦੇ ਹਾਂ ਸਿਟੀ ਪੈਲਸ ਦੇ ਅੰਦਰ ਨੂੰ ਜੀ, ਦੇਖਦੇ ਹਾਂ ਇਸ ਨੂੰ, ਐਕਸਪਲੋਰ ਕਰਦੇ ਹਾਂ। ਤੁਸੀਂ ਇਹ ਲੰਬੀ ਲਾਈਨ ਦੇਖ ਸਕਦੇ ਹੋ, ਇਹ ਸਾਰੀ ਟਿਕਟ ਲੈਣ ਲਈ ਖੜੇ ਨੇ ਜੀ। ਇਸ ਸਾਈਡ ਬਣਿਆ ਹੋਇਆ ਜੀ ਟਿਕਟ ਕਾਊਂਟਰ, ਅੱਜ ਆਪਾਂ ਵੀ ਟਿਕਟ ਲੈਂਦੇ ਹਾਂ ਅਤੇ ਇਹ ਤੁਸੀਂ ਦੇਖ ਸਕਦੇ ਹੋ ਟਿਕਟ ਪ੍ਰਾਈਸਿਸ ਆਪਣੀ ਸਕਰੀਨ ਉੱਪਰ। ਬਹੁਤ ਲੰਬੀ ਲਾਈਨ ਲੱਗੀ ਹੋਈ ਹੈ ਟਿਕਟ ਲੈਣ ਦੇ ਲਈ ਇਸ ਸਿਟੀ ਪੈਲਸ ਦੀ। ਚੱਲਦੇ ਹਾਂ ਜੀ, ਹੁਣ ਆਪਾਂ ਮਹਾਰਾਜਾ ਸਵਾਈ ਮਾਨ ਸਿੰਘ ਮਿਊਜ਼ੀਅਮ ਦਾ ਸਿਟੀ ਪੈਲਸ ਜੈਪੁਰ ਦੇ ਵਿੱਚ ਜੀ। ਇਸ ਸਾਈਡ ਤੋਂ ਐਂਟਰੀ ਹੁੰਦੀ ਹੈ ਜੀ ਸਿਟੀ ਪੈਲਸ ਦੇ ਵਿੱਚ। ਇਸ ਸਾਈਡ ਤੋਂ ਅਗਰ ਆਪਾਂ ਕੋਈ ਬੁੱਕਸ ਲੈਣੀ ਹੋਵੇ ਤਾਂ ਆਪਾਂ ਲੈ ਸਕਦੇ ਹਾਂ। ਇਸ ਸਾਈਡ ਤੋਂ ਹੁੰਦੀ ਹੈ ਐਂਟਰੀ ਜੀ ਸਿਟੀ ਪੈਲਸ ਦੇ ਅੰਦਰ। ਇਸ ਸਾਈਡ ਸ਼ਾਪਸ ਨੇ, ਇਸ ਸਾਈਡ ਨੇ ਜੀ ਸ਼ੋਪਸ ਤੇ ਅੱਗੇ ਦੋ ਪਹੀਆਂ ਨੇ ਕੈਨਨਸ ਤੋਪਾਂ ਤੇ ਇੱਧਰ ਆਪਾਂ ਪੱਪੇਟ ਸ਼ੋ ਕਠਪੁਤਲੀਆਂ ਦਾ ਡਾਂਸ ਦੇਖ ਸਕਦੇ ਹਾਂ ਜੀ। ਜੈਪੁਰ ਦੇ ਵਿੱਚ ਕਾਫੀ ਗਰਮੀ ਹੈ, ਚਾਹੇ ਤੁਸੀਂ ਵਿੰਟਰ ਸੀਜ਼ਨ ਦੇ ਵਿੱਚ ਆਓ, ਅਸੀਂ ਈਅਰ ਐਂਡ ਦੇ ਵਿੱਚ ਆਏ ਹੋਏ ਹਾਂ ਤੇ ਬਹੁਤ ਜ਼ਿਆਦਾ ਗਰਮੀ ਹਲੇ ਵੀ ਹੈਗੀ ਹੈ। ਹੁਣ ਆਪਾਂ ਆ ਗਏ ਜੀ ਸਿਟੀ ਪੈਲਸ ਦੇ ਅੰਦਰ। ਸਭਾ ਨਿਵਾਸ, ਆਰਮਰੀ, ਪ੍ਰੀਤਮ ਨਿਵਾਸ, ਰੈਸਟੋਰੈਂਟ, ਸਾਈਨ ਬੋਰਡਸ ਲੱਗੇ ਹੋਏ ਨੇ ਜੀ। ਬਹੁਤ ਹੀ ਵੱਡਾ ਇਹ ਸਿਟੀ ਦੇ ਪੈਲਸ ਬਣਿਆ ਹੋਇਆ। ਪਹਿਲਾਂ ਇੱਥੇ ਜਿਹੜੇ ਜੈਪੁਰ ਦੇ ਰਾਜੇ ਹੁੰਦੇ ਸਨ ਉਹ ਰਹਿੰਦੇ ਸਨ। ਸਾਹਮਣੇ ਕ੍ਰਿਸਮਸ ਟ੍ਰੀ ਲੱਗਿਆ ਹੋਇਆ ਐਜ਼ ਅ ਸੈਲੀਬ੍ਰੇਸ਼ਨ ਆਫ ਕ੍ਰਿਸਮਸ, ਜੋ ਕਿ ਕੁਛ ਹੀ ਦਿਨ ਪਹਿਲਾਂ ਸੀਗਾ। ਇਹ ਪੁਰਾਣੇ ਵੈਪਨਸ, ਪੁਰਾਣੇ ਸ਼ਸਤਰ। ਇੱਥੇ ਜੀ ਦੋ ਗੰਗਾ ਜਲੀ ਪਏ ਨੇ। ਗੰਗਾ ਜਲੀ ਉਹ ਚੀਜ਼ ਹੁੰਦੀ ਹੈ ਜਿਹਦੇ ਵਿੱਚ ਗੰਗਾ ਜਲ ਨੂੰ, ਗੰਗਾ ਦੇ ਪਵਿੱਤਰ ਜਲ ਨੂੰ ਸੰਭਾਲ ਕੇ ਰੱਖਿਆ ਜਾਂਦਾ ਜੀ। ਇਹ ਦੁਨੀਆ ਦੇ ਸਭ ਤੋਂ ਵੱਡੇ ਗੰਗਾ ਜਲੀ ਨੇ, ਸਿਲਵਰ ਦੇ ਬਣੇ ਹੋਏ ਨੇ ਜੀ, ਇਹ ਚਾਂਦੀ ਦੇ। ਬਹੁਤ ਸਾਰੇ ਇੰਡੀਅਨ ਐਸ ਵੈਲ ਐਸ ਫੋਰਨਰ ਟੂਰਿਸਟ ਵੀ ਇੱਥੇ ਸਿਟੀ ਪੈਲਸ ਦੇ ਵਿੱਚ ਆਏ ਹੋਏ ਨੇ। ਸਿਟੀ ਪੈਲਸ ਦੇ ਵਿੱਚ ਇੱਕ ਚੀਜ਼ ਜਿਹੜੀ ਸੀ ਨਵੀਂ ਨੋਟਿਸ ਕਰੋਗੇ, ਜੋ ਕਿ ਕਾਫੀ ਇੰਟਰਸਟਿੰਗ ਹੈ,
ਉਹ ਨੇ ਇੱਥੇ ਦੇ ਡਸਟਬਿਨਸ। ਤੁਸੀਂ ਡਸਟਬਿਨਸ ਦੇਖ ਸਕਦੇ ਹੋ, ਇਹ ਪਿੱਤਲ ਦੇ ਡਸਟਬਿਨਸ ਨੇ। ਵੈਸੇ ਦੇਖਣ ਨੂੰ ਦੂਰ ਤੋਂ ਇਹੀ ਲੱਗਦਾ ਕਿ ਗੋਲਡਨ, ਮਤਲਬ ਗੋਲਡ ਦੇ ਬਣੇ ਹੋਏ ਡਸਟਬਿਨਸ ਨੇ। ਇਹਨਾਂ ਦੀ ਇਸ ਤਰ੍ਹਾਂ ਦੀ ਰੱਖਣਾ ਇਹਦਾ ਕਾਫੀ ਸੋਹਣਾ ਲੱਗਦਾ। ਜੋ ਅਸੀਂ ਸਿਟੀ ਪੈਲਸ ਦੇ ਵਿੱਚ ਆਓ ਤਾਂ ਤੁਸੀਂ ਇਹਨਾਂ ਦੇਖ ਕੇ ਥੋੜ੍ਹੇ ਜਿਹੇ ਅਚੰਭਿਤ ਹੋ ਸਕਦੇ ਹੋ। ਹੁਣ ਆਪਾਂ ਦੇਖਦੇ ਹਾਂ ਜੀ। ਮਹਾਰਾਜਾ ਸਵਾਈ ਮਾਨ ਸਿੰਘ ਜੀ, ਸੈਕਿੰਡ ਆਫ ਜੈਪੁਰ, ਇਹ ਤੁਸੀਂ ਦੇਖ ਸਕਦੇ ਹੋ। ਇਸ ਸਮੇਂ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਹੈ ਰਾਜਸਥਾਨ ਦੇ ਵਿੱਚ, ਉਸ ਵਿੱਚ ਡਿਪਟੀ ਚੀਫ ਮਿਨਿਸਟਰ ਚੁਣੇ ਗਏ ਨੇ ਦੀਆ ਕੁਮਾਰੀ ਜੀ, ਜੋ ਕਿ ਇਸੇ ਰਾਜ ਘਰਾਣੇ ਦੇ ਮੈਂਬਰ ਨੇ, ਇਸੇ ਰਾਜ ਘਰਾਣੇ ਨਾਲ ਸੰਬੰਧ ਰੱਖਦੇ ਨੇ ਜੀ। ਇਹ ਜਿਹੜੀ ਤੁਸੀਂ ਪੂਰੀ ਗੈਲਰੀ ਦੇਖ ਰਹੇ ਹੋ, ਇਹਦੇ ਵਿੱਚ ਸਾਰੇ ਰਾਜ ਘਰਾਣੇ ਦੀ ਫੋਟੋਜ਼ ਹੀ ਲਗਾਈਆਂ ਗਈਆਂ ਨੇ, ਜੋ ਕਿ ਪੁਰਾਣੇ ਸਮੇਂ ਤੋਂ ਰਾਜਸਥਾਨ ਉੱਤੇ ਰੂਲ ਕਰਦੇ ਆਏ ਨੇ ਅਤੇ ਇਸ ਸਮੇਂ ਵੀ ਰਾਜਸਥਾਨ ਉੱਤੇ ਰਾਜ ਕਰ ਰਹੇ ਨੇ ਜੀ। ਇਹ ਹੈ ਜੀ ਆਨੰਦ ਮੰਦਿਰ, ਇਹ ਸਾਰੇ ਉਹਨਾਂ ਦੀ ਪੁਸ਼ਤੈਨੀ, ਜਿਹੜੇ ਵੀ ਉਹਨਾਂ ਇਸ ਸਮੇਂ ਰਾਜੇ ਮਹਾਰਾਜੇ ਨੇ, ਜੋ ਕਿ ਇਸ ਸਮੇਂ ਵੀ ਰਾਜ ਕਰ ਰਹੇ ਨੇ, ਉਹਨਾਂ ਨੂੰ ਪਿਕਚਰ ਇੱਥੇ ਲਗਾਈਆਂ ਹੋਈਆਂ ਨੇ। ਦੁਰਗਾ ਦੀਆ ਅਕਾਊਂਟਸ, ਹੁਣ ਆਪਾਂ ਦੇਖ ਸਕਦੇ ਹਾਂ ਜੀ ਡਰੈਸਿੰਗ ਟੇਬਲ, ਜੋ ਕਿ ਬਹੁਤ ਹੀ ਸੁੰਦਰ ਹੈ ਅਤੇ ਇਹ ਪੁਰਾਣਾ ਹੈ, ਇਸੇ ਤਰ੍ਹਾਂ ਸੰਭਾਲ ਕੇ ਰੱਖਿਆ ਗਿਆ ਜੀ। ਇਸ ਸਾਈਡ ਆਪਾਂ ਪਿਕਚਰਸ ਦੇਖ ਸਕਦੇ ਹਾਂ ਜਿਹੜੇ ਜਿਹੜੇ ਰਾਜੇ ਮਹਾਰਾਜਿਆਂ ਨੇ ਇਸ ਜੈਪੁਰ ਸਿਟੀ ਉੱਤੇ ਰਾਜ ਕੀਤਾ ਸੀ ਜੀ। ਪੂਰੇ ਰਾਜ ਘਰਾਣੇ ਦੀ ਇੱਥੇ ਫੋਟੋਜ਼ ਲੱਗੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ ਜੀ, ਜੋ ਅਸੀਂ ਸਿਟੀ ਪੈਲਸ ਦੇ ਵਿੱਚ ਆਉਂ ਜੀ। ਆਓ ਹੁਣ ਆਪਾਂ ਬਾਹਰ ਨੂੰ ਚੱਲਦੇ ਹਾਂ ਇਸ ਸਿਟੀ ਪੈਲਸ ਦੇ। ਬਹੁਤ ਹੀ ਸੋਹਣਾ ਇਹ ਪੈਲਸ ਬਣਿਆ ਹੋਇਆ ਜੀ, ਤੁਸੀਂ ਇਹਨਾਂ ਗੇਟਸ ਉੱਪਰ ਦੇਖ ਸਕਦੇ ਹੋ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ, ਡਿਜ਼ਾਈਨਸ ਬਣਾਏ ਹੋਏ ਨੇ। ਬਹੁਤ ਹੀ ਸਪੇਸ਼ੀਅਸ, ਬਹੁਤ ਹੀ ਆਲੀਸ਼ਾਨ ਇਹ ਸਿਟੀ ਪੈਲਸ ਬਣਿਆ ਹੋਇਆ ਜੀ ਜੈਪੁਰ। ਜਦੋਂ ਵੀ ਤੁਸੀਂ ਆਓ ਤਾਂ ਇਸ ਸਿਟੀ ਪੈਲਸ ਨੂੰ ਦੇਖਣਾ ਨਾ ਭੁੱਲਿਓ ਜੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਇਹ ਆਪਾਂ ਦੇਖੀਏ ਜੀ ਸ਼ਰਦ ਦਿਓੜੀ, ਇਹ ਹੈ ਜੀ ਬਸੰਤ ਦਿਓੜੀ, ਅਤੇ ਜਿਸ ਤੋਂ ਆਪਾਂ ਬਾਹਰ ਨਿਕਲੇ ਸੀ ਉਹ ਸੀ ਵਰਸ਼ਾ ਦਿਓੜੀ। ਬਹੁਤ ਹੀ ਸੋਹਣਾ ਸੇ ਸਿਟੀ ਪੈਲਸ ਬਣਿਆ ਹੋਇਆ ਜੀ। ਹੁਣ ਆਪਾਂ ਚੱਲਦੇ ਹਾਂ ਅਗਲੇ ਪਲੇਸ ਵੱਲ ਨੂੰ, ਅਗਲੀ ਇਹਦੇ ਵਿੱਚ ਸਿਟੀ ਪੈਲਸ 'ਚ ਹੋਰ ਕੀ ਦੇਖਣ ਨੂੰ ਐਕਸਪਲੋਰ ਕਰਦੇ ਹਾਂ ਜੀ। ਆਓ ਚੱਲੀਏ ਜੀ, ਆਓ ਜੀ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ। ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਜਿਹੜੇ ਆਪਾਂ ਪਹਿਲਾਂ ਗੰਗਾ ਜਲੀ ਦੇਖ ਕੇ ਆਏ ਹਾਂ, ਜਿਹੜੇ ਉਹ ਜੱਗ ਸੀਗੇ ਜਿਨ੍ਹਾਂ ਵਿੱਚ ਗੰਗਾ ਜਲ ਸਟੋਰ ਕੀਤਾ ਜਾਂਦਾ ਸੀ, ਉਹਨਾਂ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸ਼ਾਮਿਲ ਕੀਤਾ ਗਿਆ। ਦੁਨੀਆ ਦੇ ਸਭ ਤੋਂ ਵੱਡੇ ਜੱਗ ਨੇ ਜੀ ਉਹ। ਸਾਹਮਣੇ ਆਪਾਂ ਰੈਸਟੋਰੈਂਟ ਦੇਖ ਸਕਦੇ ਹਾਂ, ਜਿੱਥੇ ਆਪਾਂ ਕੁਛ ਖਾਣਾ ਹੋਵੇ ਜਾਂ ਕੁਛ ਟਾਈਮ ਰੈਸਟ ਕਰਨੀ ਹੋਵੇ ਤਾਂ ਆਪਾਂ ਕਰ ਸਕਦੇ ਹਾਂ ਜੀ। ਆਓ ਚੱਲੀਏ ਜੀ ਅੱਗੇ ਨੂੰ।
ਆਓ ਜੀ ਹੁਣ ਆਪਾਂ ਦੇਖਦੇ ਹਾਂ ਸਿਟੀ ਪੈਲਸ ਵਿੱਚ ਬਣੀ ਹੋਈ ਟੈਕਸਟਾਈਲ ਗੈਲਰੀ ਨੂੰ ਜੀ। ਬਹੁਤ ਸੋਹਣੀ ਇਹ ਗੈਲਰੀ ਬਣੀ ਹੋਈ ਹੈ ਰਾਜੇ ਮਹਾਰਾਜਿਆਂ ਦੀ। ਇਸ ਵਿੱਚ ਪੁਸ਼ਾਕ ਸਾਂਭੀਆਂ ਹੋਈਆਂ ਨੇ, ਆਓ ਆਪਾਂ ਅੰਦਰੋਂ ਦੇਖਦੇ ਹਾਂ। ਪਰ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਸ ਦੇ ਅੰਦਰ ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ। ਤੁਸੀਂ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਇਸ ਦੇ ਅੰਦਰ ਨਹੀਂ ਕਰ ਸਕਦੇ ਜੀ। ਆਪਾਂ ਸਾਰਿਆਂ ਨੇ ਟੈਕਸਟਾਈਲ ਗੈਲਰੀ ਨੂੰ ਵਿਜ਼ਿਟ ਕਰ ਲਿਆ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਮਹਾਰਾਜਾ ਸਵਾਈ ਮਾਨ ਸਿੰਘ ਦੇ ਸਰੀਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹਨਾਂ ਦੀ ਮੋਰਨਿੰਗ ਦੀ ਰੂਟੀਨ ਸੀ ਕਿ ਉਹ 10 ਕਿਲੋ ਜਲੇਬੀ ਸੋਰੀ 5 ਕਿਲੋ ਜਲੇਬੀ ਅਤੇ 5 ਕਿਲੋ ਖੀਰ ਰੋਜ਼ ਖਾਂਦੇ ਸਨ ਜੀ। ਉਹਨਾਂ ਦਾ ਬ੍ਰੇਕਫਾਸਟ ਹੁੰਦਾ ਸੀ ਇਹ। ਤਾਂ ਤੁਸੀਂ ਸੋਚ ਸਕਦੇ ਹੋ ਜਿਹੜੇ ਰਾਜਾ ਮਹਾਰਾਜਾ 10 ਕਿਲੋ ਦਾ ਨਾਸ਼ਤਾ ਰੋਜ਼ ਕਰਦੇ ਹੋਣ, ਉਹਨਾਂ ਦਾ ਸਰੀਰ ਕਿੰਨਾ ਵੱਡਾ ਹੋ ਸਕਦਾ ਹੈ, ਉਹਨਾਂ ਦੇ ਵਿੱਚ ਕਿੰਨੀ ਜਾਨ ਹੋਵੇਗੀ, ਇਸ ਗੱਲ ਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਸਾਨੂੰ ਨੋਟੀਫਿਕੇਸ਼ਨ ਮਿਲ ਸਕੇ ਜੀ। ਜੇਕਰ ਆਪਾਂ ਸਿਟੀ ਪੈਲਸ ਦੇ ਵਿੱਚ ਕੁਝ ਖਰੀਦਣਾ ਹੋਵੇ ਜਿਵੇਂ ਕਿ ਬੈੱਡ ਸ਼ੀਟ ਜਾਂ ਫਿਰ ਫੋਟੋ ਵੀ ਕਲਿੱਕ ਕਰਵਾਉਣੀ ਹੋਵੇ ਤਾਂ ਆਪਾਂ ਇਸ ਦੇ ਅੰਦਰ ਕਰਾ ਸਕਦੇ ਹਾਂ ਜੀ। ਇਹਨਾਂ ਦੇ ਇੱਕ ਛੋਟਾ ਜਿਹਾ ਬਾਜ਼ਾਰ ਟਾਈਪ ਬਣਾਇਆ ਹੋਇਆ ਜਿੱਥੋਂ ਆਪਾਂ ਕੁਝ ਖਰੀਦਣਾ ਹੋਵੇ ਤਾਂ ਖਰੀਦ ਵੀ ਸਕਦੇ ਹਾਂ। ਤੁਸੀਂ ਫੋਟੋਜ਼ 'ਤੇ ਸੈਂਪਲ ਦੇਖ ਸਕਦੇ ਹੋ, ਤੁਸੀਂ ਇੱਦਾਂ ਫੋਟੋਜ਼ ਆਪਣੀਆਂ ਲਗਵਾ ਸਕਦੇ ਹੋ, ਕਢਵਾ ਸਕਦੇ ਹੋ। ਆਓ ਹੁਣ ਆਪਾਂ ਇਸ ਨੂੰ ਵੀ ਐਕਸਪਲੋਰ ਕਰਦੇ ਹਾਂ ਜੀ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਇਸੇ ਬਾਜ਼ਾਰ ਦੇ ਨਾਲ ਬਣਿਆ ਹੋਇਆ ਜੀ ਆਰਟ ਗੈਲਰੀ, ਜਿਸ ਦੇ ਵਿੱਚੋਂ ਆਪਾਂ ਹੈਂਡੀਕ੍ਰਾਫਟ ਮਟੀਰੀਅਲ ਦੇ ਨਾਲ ਨਾਲ ਆਰਟ ਪੀਸਿਸ ਜਿਵੇਂ ਕਿ ਪੇਂਟਿੰਗਸ ਹੋ ਗਈਆਂ ਆਪਾਂ ਖਰੀਦ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਵੀ ਕਾਫੀ ਵੱਡਾ ਬਣਿਆ ਹੋਇਆ। ਜੇਕਰ ਆਪਾਂ ਕੁਛ ਲੈਣਾ ਹੋਵੇ, ਕੁਛ ਖਰੀਦਣਾ ਹੋਵੇ ਤਾਂ ਆਪਾਂ ਇਸ ਜਗ੍ਹਾ ਤੋਂ ਖਰੀਦ ਸਕਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਇੱਥੇ ਪੇਂਟਿੰਗਸ ਲਗਾਈਆਂ ਹੋਈਆਂ ਨੇ ਜੀ। ਆਪਾਂ ਸਭ ਨੇ ਇਹਨਾਂ ਦੋਨਾਂ ਮਾਰਕੀਟਸ ਨੂੰ ਦੇਖ ਲਿਆ ਹੈ। ਸਿਟੀ ਪੈਲਸ ਦੇ ਵਿੱਚ ਬਹੁਤ ਸਾਰੀਆਂ ਗੈਲਰੀਜ਼ ਬਣੀਆਂ ਹੋਈਆਂ ਹਨ, ਅਸੀਂ ਸਾਰੀ ਗੈਲਰੀਜ਼ ਨੂੰ ਵਿਜ਼ਿਟ ਕਰਾਵਾਂਗੇ, ਇਸ ਲਈ ਸਾਡੇ ਨਾਲ ਬਣੇ ਰਹੋ ਜੀ ਪੂਰੀ ਵੀਡੀਓ ਦੇ ਐਂਡ ਤੱਕ। ਆਓ ਜੀ ਹੁਣ ਆਪਾਂ ਚੱਲਦੇ ਹਾਂ ਸਿਟੀ ਪੈਲਸ ਵਿੱਚ ਬਣੀ ਹੋਈ ਇੱਕ ਹੋਰ ਗੈਲਰੀ ਦੇ ਵਿੱਚ। ਇਸ ਵਿੱਚ ਵੀ ਆਪਾਂ ਕਾਫੀ ਇਨਫੋਰਮੇਸ਼ਨ ਲੈ ਸਕਦੇ ਹਾਂ। ਜ਼ਿਆਦਾਤਰ ਗੈਲਰੀਜ਼ ਦੇ ਵਿੱਚ ਤੁਹਾਨੂੰ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਅਲਾਊਡ ਨਹੀਂ ਹੋਏਗੀ, ਇਸ ਲਈ ਤੁਸੀਂ ਉੱਥੇ ਨਹੀਂ ਕਰ ਸਕਦੇ। ਪਰ ਤੁਸੀਂ ਇਨਫੋਰਮੇਸ਼ਨ ਜ਼ਰੂਰ ਲੈ ਸਕਦੇ ਹੋ ਜਦੋਂ ਵੀ ਤੁਸੀਂ ਸਿਟੀ ਪੈਲਸ ਦੇ ਵਿੱਚ ਆਓ ਜੀ। ਆਓ ਜੀ ਹੁਣ ਆਪਾਂ ਦੇਖਦੇ ਹਾਂ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵੈਪਨਸ ਜੋ ਕਿ ਉਸ ਸਮੇਂ ਯੁੱਧ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ ਜੀ। ਇੱਥੇ ਕਾਫੀ ਗੈਲਰੀਜ਼ ਦੇ ਵਿੱਚ ਫੋਟੋਗ੍ਰਾਫੀ ਅਲਾਊਡ ਨਹੀਂ ਹੈਗੀ ਅਤੇ ਇਸੇ ਕਰਕੇ ਹੀ ਅਸੀਂ ਵੀਡੀਓਗ੍ਰਾਫੀ ਨਹੀਂ ਬਣਾ ਕਰ ਸਕਦੇ। ਇਹ ਜੀ ਉਸ ਟਾਈਮ ਦੀਆਂ ਪੁਰਾਣੀ ਸਵਿਚਸ ਤੁਸੀਂ ਦੇਖ ਸਕਦੇ ਹੋ।
ਹੁਣ ਆਪਾਂ ਜੀ ਆਰਮੀ ਦੀ ਫੋਰਮੇਸ਼ਨ ਦੇਖ ਸਕਦੇ ਹਾਂ, ਜੋ ਕਿ ਮਹਾਂਭਾਰਤ ਦੇ ਟਾਈਮ ਯੂਜ਼ ਕੀਤੀ ਗਈ ਸੀ। ਇੱਕ ਪਾਸੇ ਚੱਕਰਵਿਊਹ ਬਣਿਆ ਜੀ, ਅਤੇ ਇੱਕ ਪਾਸੇ ਮਕਰ ਵਿਊਹ ਬਣਿਆ ਹੋਇਆ ਜੀ। ਇਸ ਤਰ੍ਹਾਂ ਦੀ ਯੂਜ਼ ਕੀਤੀ ਗਈ ਸੀ ਆਰਮੀ ਮਹਾਂਭਾਰਤ ਦੇ ਵਿੱਚ ਜੀ। ਆਪਾਂ ਸਭ ਨੇ ਮਿਲ ਕੇ ਜੀ ਆਰਮਰ ਐਂਡ ਵੈਪਨ ਗੈਲਰੀ, ਜਿਸ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਹਥਿਆਰ ਜੋ ਕਿ ਉਹ ਜੰਗਾਂ ਯੁੱਧਾਂ ਸਮੇਂ ਯੂਜ਼ ਕਰਦੇ ਸੀ, ਉਹਨਾਂ ਨੂੰ ਰੱਖਿਆ ਹੋਇਆ ਜੀ। ਉਹ ਸਾਰੀ ਗੈਲਰੀ ਆਪਾਂ ਦੇਖ ਲਈ ਹੈ। ਜੇਕਰ ਤੁਸੀਂ ਜੈਪੁਰ ਆਓ ਤਾਂ ਇਸ ਸਿਟੀ ਪੈਲਸ ਨੂੰ ਦੇਖਣਾ ਨਾ ਭੁੱਲਿਓ ਜੀ। ਇਸ ਨੂੰ ਆਪਣੀ ਪ੍ਰਾਇਓਰਿਟੀ ਲਿਸਟ, ਆਪਣੀ ਟੂਰਿਸਟ ਲਿਸਟ ਦੇ ਵਿੱਚ ਜ਼ਰੂਰ ਰੱਖਿਓ ਜੀ। ਆਓ ਜੀ, ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਅਤੇ ਦੇਖਦੇ ਹਾਂ ਕਿ ਕੁਝ ਹੋਰ ਦੇਖਣ ਨੂੰ ਹੈ ਇਸ ਸਿਟੀ ਪੈਲਸ ਦੇ ਵਿੱਚ ਜੀ। ਆਓ ਚੱਲੀਏ ਜੀ। ਆਓ ਜੀ, ਹੁਣ ਆਪਾਂ ਐਕਸਪਲੋਰ ਕਰਦੇ ਹਾਂ ਸਭਾ ਨਿਵਾਸ ਨੂੰ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਜੀ। ਜਿਸ ਜਗ੍ਹਾ ਨੂੰ ਆਪਾਂ ਹੁਣ ਅੰਦਰ ਘੁੰਮਣ ਜਾ ਰਹੇ ਹਾਂ, ਦੇਖਣ ਜਾ ਰਹੇ ਹਾਂ, ਇਹ ਰਾਜਿਆਂ ਦਾ ਸਭਾ ਕਮਰਾ ਹੁੰਦਾ ਸੀ। ਰੂਮ ਆ ਵੱਡਾ ਸਾਰਾ ਬਣਿਆ ਹੋਇਆ, ਆਪਾਂ ਮੀਟਿੰਗ ਹਾਲ ਕਹਿ ਸਕਦੇ ਹਾਂ। ਆਪਣੇ ਮੰਤਰੀਆਂ ਨਾਲ, ਜਿਹੜੇ ਸੰਤਰੀ ਸੀ ਉਹਨਾਂ ਨਾਲ ਗੱਲਬਾਤ ਕਰਦਾ ਹੁੰਦਾ ਸੀ ਇਸ ਜਗ੍ਹਾ ਬੈਠ ਕੇ। ਕੁਛ ਤਸਵੀਰਾਂ ਲੱਗੀਆਂ ਹੋਈਆਂ ਨੇ ਉਸ ਸਮੇਂ ਦੀਆਂ ਇਹਦੇ ਵਿੱਚ ਜੀ। ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ, ਅੰਦਰ ਬੰਦ ਕੀਤੀ ਹੋਈ ਆ ਇਹਨਾਂ ਨੇ, ਇਸ ਲਈ ਆਪਾਂ ਵੀਡੀਓਗ੍ਰਾਫੀ ਨਹੀਂ ਕਰ ਰਹੇ ਜੀ। ਮਿਲ ਕੇ ਜੀ ਸਿਟੀ ਪੈਲਸ ਨੂੰ ਵਿਜ਼ਿਟ ਕਰ ਲਿਆ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਅਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਫਾਰਵਰਡ ਕਰਿਓ। ਜੇਕਰ ਤੁਹਾਡਾ ਕੋਈ ਸੁਜੈਸ਼ਨ ਹੈ ਜਾਂ ਫਿਰ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਜੀ। ਜੇਕਰ ਤੁਸੀਂ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ ਤੇ ਆਪਣੇ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰੋ। ਤੁਹਾਡੇ ਇੱਕ ਕਮੈਂਟ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਜੀ, ਇਸ ਲਈ ਕਮੈਂਟ ਜ਼ਰੂਰ ਕਰਿਆ ਕਰੋ ਜੀ। ਆਓ ਜੀ, ਹੁਣ ਆਪਾਂ ਮਿਲਾਂਗੇ ਅਗਲੀ ਪਲੇਸ ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।